ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਇੱਕ ਬਹੁਤ ਹੀ ਸਵੀਟ ਡਿਸ਼ ਜਿਸ ਨੂੰ ਖਾ ਕੇ ਤੁਸੀਂ ਕਹੋਗੇ ਕਿ ਮਜ਼ਾ ਆ ਗਿਆ ਇਸ ਡਿਸ਼ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ 2 ਚਮਚ ਦੇਸੀ ਘਿਓ ਨੂੰ ਗਰਮ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੌਲੀ ਸੇਵੀਆਂ ਦੀ ਪਾ ਲਵਾਂਗੇ ਅਸੀਂ ਅੱਜ ਦੀ ਆਪਣੀ ਡਿਸ਼ ਸੇਵੀਆਂ ਤੋਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਯਕੀਨ ਮੰਨਿਓ ਇਸ ਨੂੰ ਖਾ ਕੇ ਤੁਸੀਂ ਕਹੋਗੇ ਕਿ ਬਹੁਤ ਹੀ ਟੇਸਟੀ ਬਣੀ ਹੈ ਅਸੀਂ ਆਪਣੀਆਂ ਸੇਵੀਆਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਅਸੀਂ ਝਟਪਟ 5 ਕਿ ਮਿੰਟ ਦੇ ਵਿੱਚ ਹੀ ਆਪਣੀ ਇਹ ਡੇਜ਼ਰਟ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਆਪਣੀਆਂ ਸੇਵੀਆਂ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਹੈ ਰੋਸਟ ਕਰਨ ਦੇ ਨਾਲ ਸੇਵੀਆਂ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਇਹਨਾਂ ਸੇਵੀਆਂ ਨੂੰ ਜ਼ਿਆਦਾ ਰੋਸਟ ਨਹੀਂ ਕਰਨਾ ਨਹੀਂ ਤਾਂ ਇਸ ਦਾ ਟੇਸਟ ਖਰਾਬ ਹੋ ਜਾਵੇਗਾ ਇਹਨਾਂ ਨੂੰ ਸਿਰਫ ਹਲਕਾ ਜਿਹਾ ਰੋਸਟ ਅਸੀਂ ਕਰਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਨਾਂ ਸੇਵੀਆਂ ਦੇ ਵਿੱਚ ਇੱਕ ਗਲਾਸ ਦੁੱਧ ਦਾ ਐਡ ਕਰ ਦੇਵਾਂਗੇ ਅਸੀਂ ਆਪਣੀਆਂ ਸੇਵੀਆਂ ਨੂੰ ਇੱਕ ਗਲਾਸ ਦੁੱਧ ਤੋਂ ਹੀ ਬਣਾ ਕੇ ਤਿਆਰ ਕਰਾਂਗੇ ਦੁੱਧ ਪਾਉਣ ਤੋਂ ਬਾਅਦ ਅਸੀਂ ਹੁਣ ਇਹਨਾਂ ਸੇਵੀਆਂ ਦੇ ਵਿੱਚ ਸਵਾਦ ਅਨੁਸਾਰ ਚੀਨੀ ਐਡ ਕਰ ਦੇਵਾਂਗੇ ਅਸੀਂ ਇੱਥੇ ਸਿਰਫ 2 ਚਮਚ ਹੀ ਚੀਨੀ ਦੇ ਐਡ ਕੀਤੇ ਹਨ ਤੁਸੀਂ ਆਪਣੇ ਟੇਸਟ ਅਕੋਰਡਿੰਗ ਵੱਧ ਘੱਟ ਚੀਨੀ ਪਾ ਸਕਦੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲੰਬੇ ਲੰਬੇ ਕੱਟੇ ਹੋਏ ਬਦਾਮ ਪਾ ਲਵਾਂਗੇ ਥੋੜੇ ਜੇ ਲੰਬੇ ਲੰਬੇ ਕੱਟਿਆ ਹੋਇਆ ਅਸੀਂ ਪਿਸਤਾ ਪਾ ਲਵਾਂਗੇ ਤੁਸੀਂ ਇੱਥੇ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਆ ਤਿਸ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਦੁੱਧ ਦੇ ਵਿੱਚ ਮਿਕਸ ਕਰ ਦੇਵਾਂਗੇ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਾਂਗੇ ਮੀਡੀਅਮ ਆਂਚ ਦੇ ਹੱਤੇ ਹੀ ਅਸੀਂ ਇਹਨਾਂ ਸੇਵੀਆਂ ਨੂੰ ਪੱਕਣ ਦਵਾਂਗੇ ਇਸ ਤਰ੍ਹਾਂ ਪਕਾਉਣ ਦੇ ਨਾਲ ਸੇਵੀਆਂ ਦੇ ਵਿੱਚ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਤੇ ਬਹੁਤ ਹੀ ਵਧੀਆ ਇਹ ਗਾੜੀਆਂ ਹੋ ਜਾਂਦੀਆਂ ਹਨ ਅਸੀਂ ਜਿਵੇਂ ਜਿਵੇਂ ਇਹਨਾਂ ਸੇਵੀਆਂ ਨੂੰ ਪਕਾਉਂਦੇ ਜਾਵਾਂਗੇ ਇਹ ਆਪਣੇ ਆਪ ਫੁੱਲ ਜਾਣਗੀਆਂ ਹੁਣ ਅਸੀਂ ਇੱਥੇ ਇਹਨਾਂ ਸੇਵੀਆਂ ਨੂੰ 2 ਮਿੰਟ ਦੇ ਲਈ ਕੜਨ ਦੇ ਲਈ ਛੱਡ ਦੇਵਾਂਗੇ ਜਦ ਤੱਕ ਸਾਡੀਆਂ ਸੇਵੀਆਂ ਜਿਹੜੀਆਂ ਆ ਪੱਕ ਰਹੀਆਂ ਐ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇੱਥੇ ਸਾਡੀਆਂ ਸੇਵੀਆਂ ਨੂੰ ਪੱਕਦੇ ਹੋਏ 3 ਮਿੰਟ ਹੋ ਗਏ ਆ ਤੇ ਸਾਡੀਆਂ ਸੇਵੀਆਂ ਬਿਲਕੁਲ ਗਾੜੀਆਂ ਹੋ ਗਈਆਂ ਹਨ ਹੁਣ ਅਸੀਂ ਇਹਨਾਂ ਸੇਵੀਆਂ ਨੂੰ ਹੋਰ ਨਹੀਂ ਪਕਾਵਾਂਗੇ ਅਤੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿੰਨੇ ਘੱਟ ਟਾਈਮ ਦੇ ਵਿੱਚ ਬਹੁਤ ਹੀ ਵਧੀਆ ਡੇਸਰਟ ਬਣਾ ਕੇ ਤਿਆਰ ਕਰ ਲਿਆ ਹੈ ਇਸ ਤੋਂ ਬਾਅਦ ਟੇਸਟੀ ਹੋਰ ਕੋਈ ਵੀ ਚੀਜ਼ ਨਹੀਂ ਹੋਵੇਗੀ ਹੁਣ ਅਸੀਂ ਆਪਣੀਆਂ ਤਿਆਰ ਕੀਤੀਆਂ ਮਿੱਠੀਆਂ ਸੇਵੀਆਂ ਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀਆਂ ਸੇਵੀਆਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਹਨ ਇੱਕ ਵਾਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਤੁਹਾਨੂੰ ਇਹ ਖਾ ਕੇ ਮਜ਼ਾ ਆ ਜਾਵੇਗਾ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਮਿੱਠੀਆਂ ਸੇਵੀਆਂ ਬਣਾਉਣ ਦੀ ਸਿੰਪਲ ਜੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਬਣਾ ਕੇ ਟਰਾਈ ਕਰੋਗੇ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਅਸੀਂ ਹੋਰ ਨਵੀਆਂ ਵੀਡੀਓਜ਼ ਬਣਾ ਸਕੀਏ ਤੇ ਉਹਨਾਂ ਦੇ ਵਿੱਚ ਸੁਧਾਰ ਕਰ ਸਕੀਏ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ